ਭੈਣ ਮਕਾਨ ਵਾਲੇ ਕਿੱਥੇ ਨੇ ਗੱਡੀ ਦੇ? ਇੱਕ ਤੇ ਬੀਸੀ ਟੱਚਾਂਗਾ ਵੀ ਭਾਈ ਦੀ ਆਵਾਜ਼ ਹੈ ਤੇ ਡਿਮਾਂਡ 32 ਲੱਖ ਰੁਪਈਆ ਕਰਦਾ ਭਾਈ, ਪੈਸੇ ਲਾਓ ਇਹਨੂੰ ਮਾਲ ਦੇ ਮੁੱਲ ਦੇ। ਟੱਚਣ ਯਾਰ ਉਹਨੂੰ ਕੀ ਪਤਾ, ਤੁਸੀਂ ਆਪ ਚੈੱਕ ਕਰੋ ਦੱਸੋ ਫਿਰ, ਨਹੀਂ ਤੇ ਤੁਸੀਂ ਦੱਸੋ ਯਾਰ। ਸੰਘਣਾ ਨਹੀਂ ਬਾਗ ਦੇ ਕੋਲੋਂ ਗੱਡੀ ਲੈਣ ਦੇ ਹੀ ਤੇ ਵੱਧ ਹੈ ਕਿ ਹਰ ਸ਼ਾ ਸਾਹਮਣੇ ਆ ਜਾਣੀ ਹੈ। ਨਹੀਂ ਨਹੀਂ ਆਪਾਂ ਕਿਹੜਾ 0 ਮੀਟਰ ਲਈ ਹੈ, ਤੁਸੀਂ ਆਪ ਚੈੱਕ ਕਰੋ। ਸੱਤ ਰੰਗ ਹੋਵੇ ਤੇ ਮੈਂ ਜ਼ਿੰਮੇਦਾਰ ਹਾਂ, ਬਾਕੀ ਗੱਲਾਂ ਤਾਂ ਮੈਨੂੰ ਨੀ ਪਤਾ। ਚੰਗੀਆਂ ਹੀ ਐਵੇਂ ਬਣਾਉਂਦੀਆਂ ਨੇ ਜਿਹੜੇ ਪਿੰਡ ਜਾਣ ਨੂੰ ਚਾਰ ਧਾਰ ਮੰਗਣ ਡਿਆ ਨੇ ਇਹਦਾ। ਸੱਤ ਰੰਗ ਹੋਵੇ ਮੈਂ ਜ਼ਿੰਮੇਦਾਰ ਇਹਦਾ। ਛੱਤ ਤੇ ਡਿੱਗੀ ਬੋਲਣ ਮਾਲਕਾਂ ਦੀ ਆਵਾਜ਼ ਹੈ। ਦੇਖੋ ਯਾਰ ਛੱਤ ਤੇ ਫਿਰ ਰੰਗ ਬੜਾ ਰੰਗ ਹੁੰਦਾ, ਖੜੇ ਨੇ ਬੰਦੇ। ਨਹੀਂ ਨਹੀਂ ਯਾਰ ਕੋਈ ਮੁਨਾਸਬ ਪੈਸੇ ਲਾ ਨਾ, ਆਹ ਮਸ਼ੀਨ ਵੀ ਦੱਸਣ ਲਈ ਹੈ ਕਹਿੰਦੇ ਰੰਗ ਆ। ਗੈਸ ਕਰਕੇ ਦਿਓ ਆਫਰ ਜੀ, 32 ਲੱਖ ਰੁਪਏ ਡਿਮਾਂਡ ਆਫਰ ਲਾਓ, ਲਾਓ ਪੈਸੇ 26 ਲੱਖ ਰੁਪਈਆ ਜੀ, 26 ਲੱਖ ਜੀ। 15 ਮਾਡਲ ਹੈ ਤੇ 16 ਦਾ ਨੰਬਰ ਕਿ 15 ਦਾ ਨੰਬਰ ਹੈ? ਜੈਨੂਇਨ ਪਲੇਟਾਂ ਨਾਲ ਨੇ। ਬੰਦਾ ਕਿੱਥੋਂ ਦਾ ਜਿਹਦੇ ਨਾਮ ਹੈ? ਟੋਕਨ 24 ਦਾ ਕਲੀਅਰ ਲਾਂਗੇ ਜਿੱਥੇ ਸੌਦਾ ਹੋ ਗਿਆ। 11,000 ਤੇਰੇ ਤੋਂ ਲੈਣਾ ਤੇ 11,000 ਲੈਣ ਵਾਲੇ ਤੋਂ। ਲਓ ਜੀ 26 ਲੱਖ ਰੁਪਈਆ ਲੱਗ ਗਿਆ, 26 ਲੱਖ ਜੀ। 15 ਮਾਡਲ ਦੀ GLI ਹੈ, 7 ਪਿੱਲਰ ਡਿੱਗੀ ਬੋਨਟ ਜੈਨੂਇਨ ਹੈ, ਡਿੱਗੀ ਪੇਂਟ ਹੈ ਤੇ ਸੈਣਾ ਦੀ ਅੰਦਰੋਂ ਸਾਰੀ ਪੈਕ ਸੀਲ ਤੇ ਕੋਈ ਨੀ ਖਰਾਬ। ਲਓ ਜੀ 26 ਲੱਖ ਰੁਪਈਆ, 26 ਲੱਖ ਜੀ। ਨੰਬਰ ਕਰਾਚੀ ਦਾ, 26 ਲੱਖ ਰੁਪਈਆ, 26 ਲੱਖ ਜੀ, 26 ਲੱਖ ਰੁਪਈਆ। ਲਓ ਜੀ ਪੈਸੇ 26 ਲੱਖ, 26 ਲੱਖ ਰੁਪਈਆ। 26 ਲੱਖ ਤੋਂ ਉੱਤੇ ਆਉਂਦੀ ਕਿਸੇ ਨੂੰ ਸਮਝ ਕੇ? ਬਸ ਰੋਕੀ ਬੋਲੀ ਇੱਥੇ ਹੀ ਦੇਣੀ ਮੱਖਣਾ 26 ਲੱਖ ਰੁਪਏ ਦੀ। ਕਿੰਨੇ ਦੀ ਦੇਣੀ ਗੱਡੀ? ਜਸਣ ਵਾਲੇ ਪੈਸੇ ਦੱਸ ਦੇ ਤੇ ਜਿੰਨੇ ਬੰਦੇ ਨੇ ਨਾ ਜਿਹਨੇ 26 ਲੱਖ ਰੁਪਈਆ ਲਾਣਾ ਉਹਨੇ ਕੋਈ 1-1.5 ਲੱਖ ਦੇਣਾ, ਇਹ ਗੱਲ ਜੇਨ 'ਚ ਰੱਖ ਲਈ, ਕਿਉਂਕਿ ਗਾਹਕ ਤੇ ਮਾਰਕੀਟ 'ਚ ਹੈ ਨਹੀਂ, ਨਹੀਂ ਤੇ ਤੈਨੂੰ ਇੱਥੇ ਸਫ਼ਰ ਕਰਨਾ ਨਹੀਂ ਸੀ ਬਣ। ਹਾਂਜੀ ਨਹੀਂ ਬਹੁਤ ਪੈਸੇ ਨੇ ਯਾਰ, 33 ਲੱਖ ਰੁਪਈਆ। ਕਰਾਚੀ ਨੰਬਰ ਦੀ ਗੱਡੀ ਨਹੀਂ ਵਿਕਦੀ ਸੋਹਣਿਆ। 26 ਲੱਖ ਰੁਪਇਆ ਲੱਗਿਆ ਜੀ, ਨੰਬਰ ਦੱਸਿਓ ਤੁਹਾਡਾ ਕੀ ਆ, ਕੋਈ ਵਧਾਓਗੇ ਤੇ ਹੁਣ ਆਪਣੇ ਆਪ ਕਿਵੇਂ? 26.5 ਲੱਖ ਦੀ ਦੇਣੀ, 26.5 ਦੀ ਦੇਣੀ, 60,000 ਦੀ, 26 ਲੱਖ, 60,000 ਦੀ, 26 ਲੱਖ, 60,000, 26 ਲੱਖ, 60,000, 27 ਲੱਖ ਰੁਪਏ ਦੀ ਕਾਰ ਦੇਣੀ ਹੈ, 27 ਲੱਖ ਦੀ। ਦੇਖ ਲੈ ਇਹ ਨਾ ਵੀ ਮੰਨੇਗਾ ਤਾਂ ਮੈਂ ਰੱਖ ਲਾਂਗਾ ਕੋਈ, ਦੇ ਲੈ 27 ਲੱਖ ਦੀ, ਦੇ ਲੈ ਯਾਰ। ਉਹ ਬੜੇ ਪੈਸੇ ਨੇ, ਨੁਕਸਾਨ ਤੇ ਹੋਣਾ ਹੀ ਹੋਣਾ। ਚਲੋ ਤੇਰੀ ਮਰਜ਼ੀ ਅਕਰਮ, 27 ਲੱਖ ਦੀ ਕਹਿੰਦਾ ਨਹੀਂ ਦੇ।